ਤੇ ਸਾਡੇ ਡੀਜੀ ਸਾਹਿਬ ਦੇ ਜਿਹੜੇ ਹੁਕਮ ਨੇ ਔਰ ਨਿਸ਼ਾ ਨਿਰਦੇਸ਼ ਸਾਨੂੰ ਮਿਲੇ ਨੇ ਉਹਦੇ ਚ ਮੇਨ ਦੋ ਪ੍ਰਾਇੋਰਟੀਜ਼ ਨੇ ਡਰੱਗ ਤੇ ਗੈਂਗਸਟਰ ਉਸੇ ਸਬੰਧ ਚ ਅਸੀਂ ਦੋ ਅੱਜ ਬਹੁਤ ਵੱਡੀਆਂ ਕਾਮਯਾਬੀਆਂ ਜਿਹੜੀਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੂੰ ਮਿਲੀਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਡਰੱਗ ਕਾਰਟਲ ਹੈਗਾ ਬਹੁਤ ਵੱਡਾ ਨੈਕਸਸ ਉਹ ਬ੍ਰੇਕ ਕੀਤਾ ਗਿਆ ਉਹਦੇ 'ਚ ਪੰਜ ਮੁਲਜ਼ਮ ਗ੍ਰਿਫਤਾਰ ਕੀਤੇ ਔਰ ਕਮਰਸ਼ੀਅਲ ਕੁਆਂਟਿਟੀ ਦੀ ਟ੍ਰੈਮਾਡੋਲ ਜਿਹੜੀ ਹੈ ਕੈਪਸੂਲਸ ਅਤੇ ਗੋਲੀਆਂ ਉਹ ਸਾਰੇ ਬਰਾਮਦ ਹੋਏ ਹੈ ਉਹ 'ਚ ਜਿਹੜੀ ਮੇਨ ਗੱਲ ਹੈ ਸਾਰੀ ਇਹ ਜਿਹੜਾ ਓਪਰੇਸ਼ਨ ਹੈ ਸਾਡੇ ਏ ਡੀ ਸੀ ਪੀ 3 ਮਿਸਟਰ ਅਭਿਮਨਿਊ ਰਾਣਾ ਔਰ ਇੰਸਪੈਕਟਰ ਸੀ ਆਈ ਏ 3 ਬਿੰਦਰ ਸਿੰਘ ਦੀ ਅਗਵਾਈ 'ਚ ਹੋਇਆ ਇਹਦੇ ਜਿਹੜੀ ਮੇਨ ਗੱਲ ਸਾਹਮਣੇ ਆਈ ਹੈ ਕਿ ਪਹਿਲਾਂ ਤਕਰੀਬਨ 12,000 ਦੇ ਕਰੀਬ ਜਿਹੜੀਆਂ ਗੋਲੀਆਂ ਫੜੀਆਂ ਗਈਆਂ ਦੋ ਬੰਦਿਆਂ ਤੋਂ ਪ੍ਰਿੰਸ ਅਤੇ ਉਹਦੇ ਨਾਲ ਬਲਜਿੰਦਰ ਸਿੰਘ ਸੀਗਾ ਬਲਜਿੰਦਰ ਸਿੰਘ ਤਰਨ ਤਾਰਨ ਦਾ ਰਹਿਣ ਵਾਲਾ ਉਹਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਪਤਾ ਲੱਗੀ ਕਿ ਇਹ ਸਾਰਾ ਨੈਟਵਰਕ ਜਿਹੜਾ ਮੇਜਰ ਸਿੰਘ ਨਾਮ ਦਾ ਇੱਕ ਬੰਦਾ ਹੈ ਜੋ ਕਿ ਤਰਨ ਤਾਰਨ ਪੱਟੀ ਏਰੀਏ ਦਾ ਰਹਿਣ ਵਾਲਾ ਉਹ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚੋਂ ਇਹ ਸਾਰਾ ਨੈਟਵਰਕ ਚਲਾ ਰਿਹਾ ਸੀ ਔਰ ਅੰਮ੍ਰਿਤਸਰ ਸਿਟੀ ਦੇ ਵਿੱਚ ਇਹ ਉੱਥੋਂ ਲੈ ਕੇ ਆ ਰਹੇ ਸੀ ਗੋਲੀਆਂ ਵੱਖ ਵੱਖ ਏਰੀਏ ਦੇ ਵਿੱਚ ਸਪਲਾਈ ਉਸ ਮੇਜਰ ਸਿੰਘ ਦੇ ਕਹਿਣ 'ਤੇ ਹੋ ਰਹੀ ਸੀਗੀ ਸੋ ਉਹਦੇ 'ਚ ਮੇਜਰ ਸਿੰਘ ਨੂੰ ਉਸ ਤੋਂ ਬਾਅਦ ਗ੍ਰਿਫਤਾਰ ਕੀਤਾ ਔਰ ਮੇਜਰ ਸਿੰਘ ਦੀ ਪੁੱਛਗਿੱਛ ਦੇ ਉੱਤੇ ਦੋ ਹੋਰ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਹਰੀਕੇ ਤੋਂ ਅਤੇ ਪੱਟੀ ਦੇ ਏਰੀਏ ਦੇ ਵਿੱਚੋਂ ਡਿਸਟ੍ਰਿਕਟ ਤਰਨ ਤਾਰਨ ਤੋਂ ਉਹਨਾਂ ਤੋਂ ਵੀ ਵੱਡੀ ਬਰਾਮਦਗੀ ਹੋਈ ਔਰ ਇਸ ਵੇਲੇ ਵੀ ਜਿਹੜਾ ਓਪਰੇਸ਼ਨ ਚੱਲ ਰਿਹਾ ਉਹਦੇ 'ਚ ਵੀ ਸਾਨੂੰ ਉਮੀਦ ਹੈ ਕਿ ਕੁਛ ਹੋਰ ਗ੍ਰਿਫਤਾਰੀਆਂ ਹੋਣੀਆਂ ਔਰ ਹੋਰ ਬਰਾਮਦਗੀਆਂ ਹੋਣਗੀਆਂ ਮੈਂ ਸਮਝਦਾ ਕਿ ਬਹੁਤ ਵੱਡਾ ਇੱਕ ਕਾਰਟਲ ਜਿਹੜਾ ਉਹ ਬ੍ਰੇਕ ਕੀਤਾ ਨੈਕਸਸ ਸਮੈਸ਼ ਕੀਤਾ ਪੁਲਿਸ ਨੇ ਇਹਦੇ ਨਾਲ ਸਪਲਾਈ ਚੇਨ ਨੂੰ ਬਹੁਤ ਵੱਡਾ ਇੱਕ ਝਟਕਾ ਮਿਲੇਗਾ ਔਰ ਜਿਹੜਾ ਜੇਲ੍ਹ ਦੇ ਵਿੱਚੋਂ ਬੈਠਾ ਇਹ ਬੰਦਾ ਚਲਾ ਰਿਹਾ ਸੀ ਇਹਦੇ ਸਾਰੇ ਜਿਹੜੇ ਬਾਕੀ ਕੰਟੈਕਟਸ ਨੇ ਉਹ ਵੀ ਅਸੀਂ ਬ੍ਰੇਕ ਕਰ ਰਹੇ ਹਾਂ ਇਹ ਫਾਰਵਰਡ ਲਿੰਕੇਜਸ ਦੇ ਵਿੱਚ ਤਾਂ 5 ਬੰਦੇ ਫੜੇ ਗਏ ਆ ਹੁਣ ਬੈਕਵਰਡ ਲਿੰਕੇਜ ਦੇ ਵਿੱਚ ਅਸੀਂ ਜਿਹੜਾ ਬੈਚ ਨੰਬਰ ਤੋਂ ਪਿੱਛੇ ਤੱਕ ਮੈਨੂਫੈਕਚਰਿੰਗ ਤੱਕ ਸਾਡੀ ਡੈਡੀਕੇਟਿਡ ਟੀਮ ਲੱਗੀ ਹੋਈ ਹੈ ਉੱਥੇ ਤੱਕ ਸਾਨੂੰ ਕਾਫੀ ਲੀਡਸ ਮਿਲੀਆਂ ਜੋ ਕਿ ਅਜੇ ਇਸ ਸਟੇਜ ਦੇ ਉੱਤੇ ਸ਼ੇਅਰ ਨਹੀਂ ਕੀਤੀ ਜਾ ਸਕਦੀਆਂ ਉਹਦੇ 'ਤੇ ਵੀ ਵੱਡਾ ਓਪਰੇਸ਼ਨ ਸੀ ਲਾਂਚ ਕਰਕੇ ਇਹਨੂੰ ਅਖੀਰ 'ਤੇ ਲੈ ਕੇ ਜਾਣਾ ਲਾਸਟ ਪੁਆਇੰਟ ਤੱਕ ਕਿ ਕਿੱਥੋਂ ਇਹ ਸਾਰਾ ਸਮਾਨ ਆਇਆ ਔਰ ਕਿਵੇਂ ਇਹ ਸਾਰੀ ਜਿਹੜੀ ਕਾਰਟਲ ਚੱਲਦਾ ਸੀ ਸੋ ਟੋਟਲ ਬਰਾਮਦਗੀ ਅੱਜ ਤੱਕ 17,000 ਗੋਲੀਆਂ ਨੇ ਟ੍ਰੈਮਾਡੋਲ ਦੀਆਂ ਜੋ ਕਿ ਹਾਈਲੀ ਕਮਰਸ਼ੀਅਲ ਕੁਆਂਟਿਟੀ ਮੈਂ ਕਹਿ ਸਕਦਾ ਇਸ ਤੋਂ ਇਲਾਵਾ ਇਸ ਗੱਲ 'ਚ 2 ਆਈਆਂ ਕਿ ਪ੍ਰਿੰਸ ਅਤੇ ਜਿਹੜਾ ਮੇਜਰ ਹੈ ਇਹ ਦੋਨੇ ਪਹਿਲਾਂ ਕਮਰਸ਼ੀਅਲ ਕੁਆਂਟਿਟੀ ਦੇ ਐਨ ਡੀ ਪੀ ਐੱਸ ਕੇਸਾਂ 'ਚ ਤਰਨ ਤਾਰਨ ਦੇ ਵਿੱਚ ਇਹਨਾਂ ਦੇ ਅਕਿਊਜ਼ ਨੇ ਔਰ ਉਸ ਤੋਂ ਬਾਵਜੂਦ ਵੀ ਇਹੀ ਆਪਣੇ ਸਿੰਥੈਟਿਕ ਡਰੱਗਸ ਦਾ ਜਿਹੜਾ ਕਾਰਟਲ ਚਲਾ ਰਹੇ ਸੀ ਸੈਕਿੰਡ ਜਿਹੜੀ ਪ੍ਰਾਪਤੀ ਹੋਈ ਹੈ ਉਹਦੇ 'ਚ ਸਾਡੇ ਸੀ ਆਈ ਏ ਦੇ ਦੋਨੇ ਵਿੰਗਸ ਪਹਿਲਾਂ ਮੈਂ ਬਿੰਦਰ ਸਿੰਘ ਦਾ ਗਲਤੀ ਨਾਲ ਕਿਹਾ ਗਿਆ ਉਹ ਪਹਿਲੇ ਵਾਲਾ ਸਿੰਥੈਟਿਕ ਡਰੱਗਸ ਦੇ ਵਿੱਚ ਮੋਲਕਦੀਪ ਸੀ ਆਈ ਏ ਵਾਲਾ ਵਨ ਦਾ ਕੰਮ ਸੀਗਾ ਸੈਕਿੰਡ ਜਿਹੜਾ ਇਹ ਆਰਮਸ ਦਾ ਗੈਂਗਸਟਰਸ ਦਾ ਇੱਕ ਜਿਹੜਾ ਮੋਡਿਊਲ ਹੈ ਉਹਨੂੰ ਅਸੀਂ ਬਸਟ ਕੀਤਾ ਉਹਦੇ 'ਚ 4 ਪਿਸਟਲ 0.32 ਬੋਰ ਦੇ ਅਤੇ ਨਾਲ ਕਾਰਟ੍ਰਿਜਸ ਅਸੀਂ ਬਰਾਮਦ ਕੀਤੇ ਹੈ ਜੋ ਕਿ ਇੱਕ ਲੋਕਲ ਬੰਦਾ ਹੈਗਾ ਮਾਨਕ ਇੱਥੋਂ ਦਾ ਥਾਣਾ ਸੁਲਤਾਨਵਿੰਡ ਦਾ ਇਹਦੀ ਗ੍ਰਿਫਤਾਰੀ ਦੇ ਵਿੱਚ ਇਹ ਤੋਂ ਬਰਾਮਦ ਕੀਤੇ ਗਏ ਨੇ ਜੋ ਮੁੱਢਲੀ ਪੁੱਛਗਿੱਛ ਪਤਾ ਲੱਗਿਆ ਕਿ ਇਹ ਮੱਧਿਆ ਪ੍ਰਦੇਸ਼ ਤੋਂ ਲੈ ਕੇ ਆ ਰਿਹਾ ਸੀਗਾ ਇਹ ਅਤੇ ਉਸ ਤੋਂ ਡਿਟੇਲ ਜਦੋਂ ਅਸੀਂ ਜ਼ਿਆਦਾ ਗਏ ਉਹਦੇ 'ਚ ਪਤਾ ਲੱਗਿਆ ਕਿ ਇੱਕ ਗੈਂਗਸਟਰ ਹੈਗਾ ਸਿਮਰਨਜੀਤ ਸਿੰਘ ਉਰਫ ਜੁਝਾਰ ਇਹ ਸੰਗਰੂਰ ਜੇਲ੍ਹ ਦੇ ਵਿੱਚ ਬੰਦ ਹੈ ਜਿਹੜਾ ਕਬੱਡੀ ਖਿਡਾਰੀ ਨੰਗਲ ਅੰਬੀਆਂ ਵਾਲੇ ਕੇਸ ਦੇ ਵਿੱਚ ਗ੍ਰਿਫਤਾਰ ਹੋਇਆ ਹੋਇਆ ਉਹਦੀ ਡਾਇਰੈਕਸ਼ਨ 'ਤੇ ਇਹ ਸਾਰਾ ਕੰਮ ਕਰ ਰਿਹਾ ਸੀਗਾ ਔਰ ਇਹਦੀ ਕਿਉਂਕਿ ਅਜੇ ਮੁੱਢਲੀ ਪੁੱਛਗਿੱਛ ਹੋ ਰਹੀ ਹੈ ਹੁਣੀ ਗ੍ਰਿਫਤਾਰੀਆਂ ਥੋੜ੍ਹੀ ਦੇਰ ਪਹਿਲਾਂ ਚੱਲ ਰਿਹਾ ਜੀ ਉਹਦੇ 'ਚ ਅਸੀਂ ਅਲੱਗ ਲੱਗੇ ਉਹ ਇੱਕ ਗੈਂਗ ਵੀ ਅਲੱਗ ਹੈ ਅਤੇ ਉਹਨਾਂ ਦਾ ਜਿਹੜਾ ਸੋਰਸ ਵੀ ਅਲੱਗ ਹੈ ਦੇਖੋ ਵੱਖ ਵੱਖ ਕਾਰਨ ਹੁੰਦੇ ਆ ਜੀ ਐਨ ਡੀ ਪੀ ਐੱਸ ਐਕਟ ਦੀਆਂ ਪ੍ਰੋਵੀਜ਼ਨ ਬਹੁਤ ਸਟ੍ਰਿੰਜੈਂਟ ਹੈ ਕਿਉਂਕਿ ਪਨਿਸ਼ਮੈਂਟ ਬਹੁਤ ਜ਼ਿਆਦਾ
मैं इतने बहुत ज़्यादा कमेंट नहीं करना चाहता, पर बेसिकली प्रोफेसनल इन्वेस्टिगेशन जी पुलिस वालों की जाती है और असी इंश्योर करांगे कि अपने कमिश्नरेट अमृतसर की जाए और साडा नाल नाल ये कर भी फर्ज है कि असी पैरवी करके सज़ा कराइए। जिवें तुसी देख रहे हो मुलजमान दे विच पहले केसां दे विच भी सज़ा होए हुए ने, हो सकता कोई किसी केस दे विच कोई टैक्निकल प्रॉब्लम आई होए, बट इत्थे कोई इहो जिहा ग्लेयरिंग केस नहीं है जे मेरे नोटिस च आया। जुझार दा भाजी जदों जेलां दे विच जांदे आ जी और बाहर रहिंदे आ गैंगस्टर्स दा आपस क्रिमिनल दा नैटवर्क बन ही जांदा है और आपां जिवें पहलां देखदे आ कि जेल दे विच बहुत सारियां कनैक्शन बन जांदे आ और उत्थों इह अपने अगे नवें साथी अकंपलिस जोड़ लैंदे ने। नहीं भाई साहब गल इह आ ना, इक मैसेज देण दे बड़े तरीके हुंदे ने, तुहानूं पता है पहलां वी बहुत सारे क्रिमिनल इदां फड़े गए आ और किस तरह इहनां दा अगे तो अगे एक संपर्क किया होंगे थर्ड बंदा होंगे, वो सारी गल असी अजे वेरीफाई कर रहे किस तरह मैसेज आया जां किस तरह इन्हों का कम्यूनीकेशन होया जो कि जेल अथॉरिटीज़ ना भी टेकअप किया जाएगा। भाई साहब अजे गल कहनी बड़ी मुश्किल है, कोई टारगेट यहोजा सामने नहीं आया, पर डेफिनेटली देखो जे गैंगस्टर के कहण तो एक ग्रुप इकट्ठे कर रहे हैं हथियार तो नैचुरली अपनी या तो गैंग की अपनी फायर पावर वधा रहे जां उन्हां दा कोई पोटेंशियल टारगेट अगे सोच सकते हैं। सो यदि बड़ी डिटेल पूछगिछ की जा रही है और जो भी आएगी तो शेयर कर। हाँ हाँ बिल्कुल जिदा वो आएगी तो डेफिनेटली लैके आवेंगे, क्योंकि जे बंदा कोई यहोजी अबैटमेंट कर रहा है तो उन्होंने तो लॉ का कानून का सामना करना ही पेगा जी। मैं चेक कर ला, वैसे मैं सुने अमृतसर का ही है, सो दैट मीनस भाजी असी सारी स्ट्रैटेजी बिल्कुल भाई साहब बनाई है। ये बड़ी सिंपल गल है कि जिन्हें भी बेल्ड आउट है वो जो फस्ट मीटिंग भी मैं की अपने ऑफिसर ना, अज भी साड़ी मीटिंग रखी हुई है, उस मेन फोकस ही मैं इस गल्ल दिता कि जेडे बंदे बेल पर आए हैं ओल्ड क्रिमिनल स्पैशली इन सेंसेशनल केसिज एन डी पी एस केसिज और आर्म्स एक्ट केसिज उन्हां ते असी सर्वेलेंस वध वधाउणी है, उहदा रिव्यू असी टाइम टू टाइम हुण करदे रहिणा। दिस इज स्पैशली मैं ते इस गल ते बहुत फोकस कर रहा। हाँ जी हाँ जी बिल्कुल, वो बार बार रिपीटर्स उस गल दे विच आ जांदे, स्पैशली जिहड़े हीनियस क्राइम च बंदे बाहर आउंदे आ तो उन्हां दे नवें अकंपलिस बन जांदे जिवें आपां पहलां डिस्कस कीता। बट डेफिनेटली साडा काम है प्रिवेंशन एंड डिटेक्शन ऑफ क्राइम, दोनों के प्रिवेंटिव दे विच ये मेजर बहुत असी फोकस में रखिया होया। भाई साहब गल है पुलिस की वधिया कारगुजारी है, मैं इनू चिंता का विषय बिल्कुल नहीं, पब्लिक नू मैं फिर तुहाडे राही ये कहना चाहुंदा कि पुलिस पूरी सतर्क है और ये शो कर रही है कि रिजल्ट किदा आ रहे हैं। कर रहे जी साडे AGTF दे जिहड़े चीफ ने उन्होंने थ्रू गल चल रही है और ये बहुत सारा मुद्दे इत्थे नहीं सारे पंजाब च तकरीबन MP सोर्स काफ़ी सामने उभर के आ रहा है इस इशू का।